ਕਾਲਜ ਦਾ ਇਤਿਹਾਸ, ਇਸ ਕਾਲਜ ਦੀ ਵਿਰਾਸਤ, ਇਸ ਕਾਲਜ ਤੁਹਾਡੇ ਬਿਤਾਏ ਬਿਤਾਏ ਪਲ ਹਮੇਸ਼ਾ ਤੁਹਾਡੇ ਜੀਵਨ ਵਿੱਚ ਤੁਹਾਨੂੰ ਸਕੂਨ ਦੇਣਗੇ। ਸੋ ਇੰਨੀਆਂ ਪ੍ਰੇਰਨਾ ਤੁਹਾਨੂੰ ਕਰਨੀਆਂ ਹਨ। ਅੱਜ ਜਿੰਨੇ ਵਿਦਿਆਰਥੀ ਅੱਜ ਡਿਗਰੀਆਂ ਪ੍ਰਾਪਤ ਕਰ ਰਹੇ ਹਨ, ਉਹਨਾਂ ਨੂੰ ਮੈਂ ਕਾਲਜ ਦੇ ਬਤੌਰ ਪ੍ਰਿੰਸੀਪਲ ਵੀ ਤੁਹਾਨੂੰ ਵਧਾਈ ਦਿੰਦਾ ਹਾਂ, ਸਾਡੇ ਸਕੱਤਰ ਸਾਹਿਬ ਵੀ ਤੁਹਾਨੂੰ ਵਧਾਈ ਦੇ ਰਹੇ ਹਨ, ਅਤੇ ਸਾਰੇ ਲੋਕ ਗੈਸਟ ਜਿਹੜੇ ਸਾਡੇ ਕੋਲ ਆ ਜਾ ਰਹੇ ਹਨ, ਤੁਹਾਨੂੰ ਇਹ ਡਿਗਰੀਆਂ ਪ੍ਰਾਪਤ ਕਰਨ ਵਾਸਤੇ ਬਹੁਤ ਵਧਾਈ। ਅਸੀਂ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ, ਬਾਬਾ ਗੁਜਰੀ ਜੀ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ, ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਤੁਸੀਂ ਆਪਣੇ ਜੀਵਨ ਦੇ ਵਿੱਚ ਵੱਡੀਆਂ ਪ੍ਰਾਪਤੀਆਂ ਕਰੋ, ਅਤੇ ਇਹ ਜਿਹੜੇ ਸ਼ਬਦ ਤੁਹਾਨੂੰ ਕਹੇ ਗਏ ਹਨ ਉਹਨਾਂ ਨੂੰ ਆਪਣੇ ਜੀਵਨ ਵਿੱਚ ਹਮੇਸ਼ਾ ਯਾਦ ਰੱਖਿਓ। ਪਰਮਾਤਮਾ ਤੁਹਾਡੇ 'ਤੇ ਮਿਹਰ ਕਰੇ। ਸਾਰਿਆਂ ਨੂੰ ਤੁਹਾਡੀ ਫਿਰ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਨੂੰ ਸਾਰਿਆਂ ਨੂੰ ਮੈਂ ਵਧਾਈ ਦਿੰਦਾ। ਵਧੀਆ ਇੰਸਟੀਟਿਊਟ ਵਿੱਚੋਂ ਤੁਸੀਂ ਅੱਜ ਡਿਗਰੀ ਲੈ ਕੇ ਪਾਸ ਆਊਟ ਕਰ ਰਹੇ ਹੋ। ਪਰ ਗੁਰੂ ਮਹਾਰਾਜ ਕੇ ਅਰਦਾਸ ਕਰਦਾ ਕਿ ਇਹ ਜਿਹੜੀ ਤੁਹਾਡੀ ਮਿਹਨਤ ਹੈ, ਤੁਹਾਡੇ ਪੇਰੈਂਟਸ ਦੀ ਮਿਹਨਤ ਹੈ, ਤੁਹਾਡੇ ਟੀਚਰਸ ਦੀ ਮਿਹਨਤ ਹੈ, ਤੁਹਾਡੇ ਸਟਾਫ ਪ੍ਰਿੰਸੀਪਲ ਸਾਹਿਬ ਦੀ ਮਿਹਨਤ ਹੈ, ਇਹਦੇ ਵਿੱਚ ਤੁਹਾਨੂੰ ਕੋਈ ਜ਼ਿੰਦਗੀ ਦੇ ਵਿੱਚ ਕਮੀ ਪੇਸ਼ੀ ਨਾ ਆਵੇ। ਔਰ ਤੁਸੀਂ ਅੱਗੇ ਵਧੋ ਤਾਂ ਕਿ ਤੁਸੀਂ ਸਮਾਜ ਦੇ ਵਿੱਚ ਵਿਚਰਦੇ ਹੋਏ ਆਪਣੇ ਪਰਿਵਾਰ ਦਾ ਇਸ ਯੁੱਗ ਦਾ ਜਿਹੜਾ ਰਾਹ ਆ ਉਹ ਰੋਸ਼ਨ ਕਰੋ। ਅਤੇ ਮੈਂ ਗੁਰੂ ਮਹਾਰਾਜ ਦੀ ਅਰਦਾਸ ਕਰਦਾ ਔਰ ਤੁਹਾਨੂੰ ਇੱਕ ਬੇਨਤੀ ਵੀ ਕਰਦਾ, ਜ਼ਿੰਦਗੀ ਦੇ ਵਿੱਚ ਕਿਸੇ ਵੀ ਲੈਵਲ 'ਤੇ ਕਦੀ ਵੀ ਪ੍ਰਿੰਸੀਪਲ ਸਾਹਿਬ ਦੀ, ਸਟਾਫ ਦੀ, ਮੈਡੀਮੈਡ ਤੌਰ 'ਤੇ ਗੁਰਦੁਆਰਾ ਸ਼੍ਰੋਮਣੀ ਕਮੇਟੀ ਦੀ ਤੁਹਾਨੂੰ ਕਿਤੇ ਵੀ ਲੋੜ ਪਵੇ, ਕਿਉਂਕਿ ਤੁਸੀਂ ਸਾਡੇ ਇੱਕ ਇੰਸਟੀਟਿਊਟ ਵਿੱਚੋਂ ਪੜ੍ਹ ਕੇ ਜਾ ਰਹੇ ਹੋ, ਕਿਸੇ ਲੈਵਲ 'ਤੇ ਵੀ ਤੁਹਾਨੂੰ ਲੋੜ ਪਵੇ ਅਸੀਂ ਤੁਹਾਡੇ ਨਾਲ ਹਰ ਟਾਈਮ ਤੁਹਾਡੇ ਨਾਲ ਖੜਾਂਗੇ ਔਰ ਤੁਹਾਡੀ ਉਸ ਜਿਹੜੀ ਮੁਸ਼ਕਲ ਹੈ ਉਹਦੇ ਵਿੱਚ ਸਹਾਈ ਹੋਵਾਂਗੇ। ਅਤੇ ਮੈਂ ਇੱਕ ਤੁਹਾਡੇ ਨਾਲ ਖੁਸ਼ੀ ਸਾਂਝੀ ਕਰਨਾ ਚਾਹੁੰਦਾ ਕਿ ਜਿਹੜੇ ਸਮਾਜ ਦੇ ਵਿੱਚ ਲੜਕੀਆਂ ਪੜ੍ਹ ਲਿਖ ਜਾਣ ਤਾਂ ਉਹਦੀ ਤਰੱਕੀ ਹੁੰਦੀ ਆ। ਅੱਜ ਜਿਹੜੇ ਨੇ ਪਿਛਲੀ ਵਾਰੀ ਜਿਹੜੇ 37 ਗੋਲਡ ਮੈਡਲ ਮਿਲੇ ਸੀ ਉਹਨਾਂ ਦੇ ਵਿੱਚ ਇੱਕ ਲੜਕਾ ਸੀ ਅਤੇ ਬਾਕੀ ਲੜਕੀਆਂ ਸੀ। ਅੱਜ ਜਿਹਨਾਂ ਨੂੰ ਗੋਲਡ ਮੈਡਲ ਮਿਲੇ ਆ ਟੋਟਲ 40, ਉਹਨਾਂ ਵਿੱਚ 3 ਬੁਆਇਜ਼ ਨੇ ਅਤੇ 37 ਲੜਕੀਆਂ ਨੇ। ਅਤੇ ਜਿੱਥੋਂ ਇਹ ਸਾਬਤ ਹੁੰਦਾ ਹੈ ਕਿ ਸਾਡਾ ਜਿਹੜਾ ਪੰਜਾਬ ਆ ਉਹ ਬਹੁਤ ਤਰੱਕੀ ਵੱਲ ਜਾ ਰਿਹਾ, ਕਿਉਂਕਿ ਜਿੱਥੇ ਲੜਕੀਆਂ ਇੰਨਾ ਬੱਲਾ ਮਾਰ ਰਹੀਆਂ ਹੋਣ ਤਾਂ ਉੱਥੇ ਉਸ ਸਮਾਜ ਦੀ, ਉਸ ਸੂਬੇ ਦੀ, ਦੇਸ਼ ਦੀ ਤਰੱਕੀ ਜਿਹੜੀ ਉਹ ਹੋਣੀ ਹੁੰਦੀ ਆ। ਅਤੇ ਜ਼ੋਰਦਾਰ ਤਾੜੀਆਂ ਜਿਹੜੀਆਂ ਲੜਕੀਆਂ ਦੇ ਨਾਮ 'ਤੇ, ਖਾਸ ਤੌਰ ਦੇ ਉੱਪਰ ਅਸੀਂ ਇੱਕ ਵਾਰ ਵਾਧਾ ਗੁਜਰੀ ਦੇ ਨਾਮ 'ਤੇ ਕੋਲਜ ਹੈ ਔਰ ਅੱਜ ਉਹਨਾਂ ਨੇ ਬੱਚੀਆਂ ਨੇ ਮੱਲਾਂ ਮਾਰੀਆਂ ਨੇ।